ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਕਲੀਅਰ ਸਾਫ ਸ਼ੇਅਰ ਕਰੀ ਦੀਆਂ ਜੀ ਇਹ ਕੁਝ ਬੱਚੇ ਨੇ ਇਹਦੇ ਵਿੱਚ ਆਪਾਂ ਡੱਕੇ ਹੋਏ ਆ ਜੀ ਨਵੇਂ ਬੱਚੇ ਨੇ ਆਪਣੇ ਤਿਆਰ ਹੋਏ ਨੇ ਇਹਨਾਂ 'ਚ ਨਾ ਦਿੱਕਤ ਸੀ ਥੋੜ੍ਹੀ ਜਿਹੀ ਫਿੰਸੀਆਂ ਸੀ ਇੱਕ ਦੀ ਅੱਖ ਖਰਾਬ ਹੋ ਗਈ ਪਰ ਹੁਣ ਬਿਲਕੁਲ ਠੀਕ ਆ ਉਹ ਤੁਹਾਨੂੰ ਆਪਾਂ ਦਵਾਈ ਦੱਸੀ ਸੀ ਜੀ ਵੀ ਆਪਣੇ ਬੱਚੇ ਦੀ ਅੱਖ ਦੇ ਉੱਪਰ ਉਦੋਂ ਬੰਦ ਸੀ ਨਾ ਜਦੋਂ ਤੁਹਾਨੂੰ ਦਿਖਾਈ ਸੀ ਇਹਦੇ ਬੱਚੇ ਦੀ ਅੱਖ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਖ ਚੈੱਕ ਕਰਾਉਂਦੇ ਹਾਂ ਬਿਲਕੁਲ ਸਾਫ਼ ਹੋ ਗਈ ਜੀ ਅੱਖ ਇਹ ਦੇਖੋ ਬਿਲਕੁਲ ਉੱਪਰੋਂ ਲੱਥ ਗਿਆ ਸਾਰਾ ਕੁਝ ਸਾਫ਼ ਹੋ ਗਿਆ ਝੜ ਗਿਆ ਬਿਲਕੁਲ ਜੀ ਇਹ ਉਹੀ ਬੱਚਾ ਜਿਹਦੇ ਫਿੰਸੀਆਂ ਹੋਈਆਂ ਸੀ ਬਹੁਤ ਜ਼ਿਆਦਾ ਅਤੇ ਕੁਝ ਦੇ ਹੋਰ ਦੀ ਵੀ ਹੋਣ ਲੱਗੀਆਂ ਸੀ ਦੇਖੋ ਜੀ ਇਹਨਾਂ ਦੇ ਫਿੰਸੀਆਂ ਨਹੀਂ ਤੁਸੀਂ ਖਾਸ ਕਰ ਦੇਖ ਲਓ ਕਾਰਨ ਇਹ ਆ ਵੀ ਮੈਂ ਦਵਾਈ ਪਹਿਲਾਂ ਹੀ ਪਿਲਾ ਦਿੱਤੀ ਸੀ ਇਹਨਾਂ ਨੂੰ ਜੇ ਦਵਾਈ ਨਾ ਪਿਲਾਈ ਹੁੰਦੀ ਤਾਂ ਇਹਨਾਂ ਦੇ ਵੀ ਹੋ ਜਾਣੀਆਂ ਸੀ ਅਤੇ ਹੋਰ ਵੀ ਮੈਂ ਤੁਹਾਨੂੰ ਦੱਸਦਾ ਜੀ ਜਿਹਨਾਂ ਨੂੰ ਮੈਂ ਦਵਾਈ ਨਹੀਂ ਦਿੱਤੀ ਸੀ ਉਹਨਾਂ ਦੇ ਹੋ ਗਈਆਂ ਫਿਰ ਤੁਹਾਨੂੰ ਦੱਸੀਏ ਆਪਾਂ ਰਿਜ਼ਲਟ ਲੈ ਕੇ ਦੇਖ ਲਿਆ ਦਵਾਈ ਬਹੁਤ ਵਧੀਆ ਜੀ ਦਵਾਈ ਵੀ ਤੁਹਾਨੂੰ ਦੁਬਾਰੇ ਦਿਖਾ ਦਿੰਦੇ ਹਾਂ ਇਹ ਦੇਖੋ ਇਹ ਬੱਚੇ ਨੂੰ ਮੈਂ ਦਿੱਤੀ ਨਹੀਂ ਸੀ ਇਹ ਮੇਰਾ ਮੌਜਾ ਬੱਚਾ ਇਹਦੇ ਫਿੰਸੀਆਂ ਦੇਖੋ ਲੱਤਾਂ 'ਤੇ ਹੋਈਆਂ ਹੋਈਆਂ ਨਾ ਇਹਦੇ ਹੋ ਗਈਆਂ ਸੀ ਇਹਨੂੰ ਹਾਲੇ ਮੈਂ ਖਿਆਲ ਹੀ ਨਹੀਂ ਰਿਹਾ ਦਵਾਈ ਦੇਣ ਦਾ ਪਰ ਇਹਨੂੰ ਹੁਣ ਮੈਂ ਦਵਾਈ ਦੇਣੀ ਹੈ ਜੀ ਅੱਜ ਦਊਂਗਾ ਇਹਨੂੰ ਮੈਂ ਦਵਾਈ ਇੱਕ ਇਹ ਆ ਅਤੇ ਬਾਕੀ ਜਿਹੜੇ ਛੋਟੇ ਬੱਚੇ ਕਿੱਥੇ ਗਏ ਇਹ ਦੇਖੋ ਇਹਦੇ ਸੁੱਕ ਗਈਆਂ ਇਹਦੇ ਮੈਂ ਪਹਿਲਾਂ ਦੇ ਦਿੱਤੀ ਸੀ ਇਹ ਦੇਖੋ ਇਹਦੀਆਂ ਸੁੱਕ ਗਈਆਂ ਫਿੰਸੀਆਂ ਦੀ ਚੁੰਝ ਵੀ ਖਰਾਬ ਹੋ ਰਹੀ ਸੀ ਪਰ ਠੀਕ ਹੋ ਗਿਆ ਬਿਲਕੁਲ ਵਿਚਾਰਾ ਅਤੇ ਹੋਰ ਇਹ ਦੇਖੋ ਇੱਕ ਰੱਤਾ ਬੱਚਾ ਆਪਣਾ ਨਿਕਲਿਆ ਹੈਗਾ ਇਹਦੇ ਕੋਈ ਫਿੰਸੀ ਨਹੀਂ ਹੈਗੀ ਇਵੇਂ ਜਿਹੜੇ ਹੈਗੇ ਉੱਪਰ ਕਾਫੀ ਬੱਚੇ ਹੈਗੇ ਨੇ ਵਿੱਚ ਮੈਂ ਛੱਡੇ ਹੋਏ ਨੇ ਇਹ ਵੀ ਬੱਚਾ ਹੀ ਹੈ ਛੋਟਾ ਦੇਖੋ ਜੀ ਇਹਦੇ ਵੀ ਕੋਈ ਨਹੀਂ ਹੈਗੇ ਇੱਕ ਇਹ ਹੈ ਦੇਖ ਲਓ ਜੀ ਮਤਲਬ ਕਹਿਣ ਦਾ ਵੀ ਉਹ ਦਵਾਈ ਦਾ ਪੂਰਾ ਵਧੀਆ ਰਿਜ਼ਲਟ ਆਇਆ ਜਿਹੜੀ ਤੁਹਾਨੂੰ ਆਪਾਂ ਦੱਸੀ ਸੀ ਅਤੇ ਦਵਾਈ ਦੀ ਤੁਹਾਨੂੰ ਦੁਬਾਰਾ ਇੱਕ ਵਾਰ ਫੋਟੋ ਦੱਸ ਦਿੰਦੇ ਹਾਂ ਜੀ ਇਹ ਹੈ ਜੀ ਦਵਾਈ ਫਿਰ ਨੋਟ ਕਰੋ ਸਕਰੀਨਸ਼ੋਟ ਮਾਰ ਲਿਓ ਮੇਰੇ ਵੀਰ ਪੂਰਾ ਵਧੀਆ ਰਿਜ਼ਲਟ ਹੈ ਜੀ ਜ਼ਹਿਰਵਾਦ ਦਾ ਅੱਜ ਤੱਕ ਆਪਾਂ ਨੂੰ ਰਿਜ਼ਲਟ ਨਹੀਂ ਕਿਤੋਂ ਵੀ ਆਪਣੀ ਹਟਦੀਆਂ ਨਹੀਂ ਸੀ ਜਦੋਂ ਦੀ ਇਹ ਦਵਾਈ ਦੇਣੀ ਸ਼ੁਰੂ ਕੀਤੀ ਆ ਜੀ ਫਿੰਸੀਆਂ ਤੋਂ ਛੁਟਕਾਰਾ ਹੋ ਗਿਆ ਮੱਛਰ ਵੀ ਲੜਦਾ ਸਭ ਕੁਛ ਲੜਦਾ ਰਹਿੰਦਾ ਆ ਪਰ ਇਹਦੇ ਨਾਲ ਫਾਇਦਾ ਬਹੁਤ ਹੋਇਆ ਜੀ ਲੀਵਰ ਸਟਰੀਜੀਨ ਹੈ ਜੀ ਸੀਰਪ ਆਏ ਹੁਣ ਤੁਹਾਨੂੰ ਦੇਣ ਦਾ ਤਰੀਕਾ ਫਿਰ ਇੱਕ ਵਾਰ ਦੱਸ ਦਈਏ ਬਾਈ ਜੀ 3-4 ਬੂੰਦਾਂ 5-7 ਐੱਮ ਐੱਲ ਪਾਣੀ ਲੈ ਲਓ ਉਹਦੇ 'ਚ ਪਾ ਕੇ ਦੋ ਵਾਰ ਦੇਣੀਆਂ ਇੱਕ ਦਿਨ ਇੱਕ ਵਾਰ ਦੇ ਦਿਓ ਦੂਜੇ ਦਿਨ ਦੂਜੀ ਵਾਰ ਦੇ ਦਿਓ ਸ਼ਾਮ ਨੂੰ ਦੇ ਦਿਓ ਸਵੇਰੇ ਦੇ ਦਿਓ ਜਿਸਲੇ ਮਰਜ਼ੀ ਦਿਨ 'ਚ ਦੇ ਸਕਦੇ ਹੋ ਦੋ ਵਾਰ ਤੋਂ ਵੱਧ ਨਹੀਂ ਦੇਣੀ ਦੋ ਵਾਰ 'ਚ ਹੀ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਮਿਲ ਜਾਣਾ ਜੀ ਛੋਟੇ ਤੋਂ ਛੋਟੇ ਬੱਚੇ ਨੂੰ ਵੀ ਦੇ ਸਕਦੇ ਹੋ ਇੱਕ ਆਪਾਂ ਹੋਰ ਹੁਣ ਐਕਸਪੈਰੀਮੈਂਟ ਇਹਦਾ ਕਰ ਰਹੇ ਹਾਂ ਜੀ ਤੁਹਾਨੂੰ ਦੱਸ ਦਈਏ ਮੈਂ ਕੀ ਕੀਤਾ ਆਪਣੇ ਕੋਲ ਕੁੰਡਾ 2 ਕੁ ਲੀਟਰ ਵਾਲਾ 2 ਲੀਟਰ ਕੁੰਡੇ ਦੇ ਵਿੱਚ ਮੈਂ ਇਹਦੇ 3 ਢੱਕਣ ਜਿਹੜੇ ਪਾ ਦਿੱਤੇ ਉਹ ਬੱਚਿਆਂ ਨੂੰ ਅੱਗੇ ਛੋਟੇ ਛੋਟਿਆਂ ਨੂੰ ਦੇਣਗੇ ਜਦੋਂ ਮਾਂ ਪਿਓ ਦਾਣਾ ਲੈ ਕੇ ਕਬੂਤਰਾਂ ਦੇ ਕੋਲ ਜਾਣਗੇ ਅਤੇ ਉਹਦਾ ਫਿਰ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ ਵੀ ਛੋਟੇ ਬੱਚਿਆਂ ਦੇ ਜਦੋਂ ਹੋਣੀਆਂ ਸ਼ੁਰੂ ਹੁੰਦੀਆਂ ਹੁੰਦੀਆਂ ਤਾਂ ਨਹੀਂ ਕਿਉਂਕਿ ਜਿਹੜੇ ਬਾਹਲੇ ਛੋਟੇ ਬੱਚੇ ਹੁੰਦੇ ਆ ਨਾ ਜਦੋਂ ਕੱਢਦੇ ਆ ਕਬੂਤਰ ਅਤੇ ਉਹਨਾਂ ਦੇ ਮੱਛਰ ਬਹੁਤ ਜ਼ਿਆਦਾ ਲੜਦਾ ਕਈ ਵਾਰ ਕਬੂਤਰ ਉੱਪਰੋਂ ਜਦੋਂ ਉੱਠ ਜਾਂਦਾ ਅਤੇ ਫਿਰ ਜਿਹੜਾ ਹੈਗਾ ਮੱਛਰ ਲੜ ਜਾਂਦਾ ਜੀ ਉਹਨਾਂ ਦੇ ਅਤੇ ਉਹਦੇ ਕਰਕੇ ਜਿਹੜਾ ਹੈਗਾ ਫਿਰ ਬਚਾ ਰਹਿੰਦਾ ਇੱਕ ਹੋਰ ਚੀਜ਼ ਹੁਣ ਜੀ ਤੁਹਾਨੂੰ ਦੱਸੀ ਅੱਜ ਬੈਠੇ ਹਾਂ ਅੱਜ ਭਰਾਵਾਂ ਦੇ ਨਾਲ ਆਪਾਂ ਨੁਕਤੇ ਸਾਂਝੇ ਕਰੀ ਜਾਂਦੇ ਹਾਂ ਬਾਈ ਆਪਾਂ ਨਾ ਕਬੂਤਰ ਜਦੋਂ ਛੱਡਣਾ ਹੁੰਦਾ ਨਾ ਅਤੇ ਆਪਾਂ ਕਈ ਵਾਰ ਦੇਖਦੇ ਹਾਂ ਅਚਾਨਕ ਆਪਾਂ ਨੂੰ 1-2 ਦਿਨ ਪਹਿਲਾਂ ਪਤਾ ਲੱਗਦਾ ਕਬੂਤਰ ਦੇ ਮੱਖੀਆਂ ਜਾ ਯਾਰ ਕੁੱਤੇ ਮੱਖੀ ਜਿਹੜੀ ਹੁੰਦੀ ਆ ਅਤੇ ਕੁੱਤੇ ਮੱਖੀ ਦਾ ਹੁਣ ਇਲਾਜ ਇੱਕਦਮ ਉਹਨੂੰ ਨਵਾਇਆ ਤਾਂ ਜਾ ਨਹੀਂ ਸਕਦਾ ਕਿਉਂਕਿ ਪਰ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਆ ਅਤੇ ਆਹ ਨੋਟਿਕਸ ਪਾਊਡਰ ਹੱਥ 'ਤੇ ਪਾ ਲਓ ਪਤਾ ਆ ਬਹੁਤ ਸਾਰੇ ਮੇਰੇ ਵੀਰਾਂ ਨੂੰ ਥੋੜ੍ਹਾ ਜਿਹਾ ਹੱਥ 'ਤੇ ਪਾਓ ਕਬੂਤਰ ਦੇ ਪਰਾਂ 'ਚ ਪੂਛ 'ਚ ਲਾ ਦਿਓ ਕੋਈ ਨੁਕਸਾਨ ਨਹੀਂ ਬਾਈ ਮੱਖੀ ਉਹਦੇ ਦੁਆਲੇ ਇੱਕ ਨਹੀਂ ਰਹਿਣੀ ਮੈਂ ਤਾਂ ਕਹਿੰਦਾ ਬਾਜੀ ਛੱਡਣ ਤੋਂ ਪਹਿਲਾਂ 1 ਦਿਨ ਸ਼ਾਮ ਨੂੰ ਜ਼ਰੂਰੀ ਹੈ ਥੋੜ੍ਹਾ ਥੋੜ੍ਹਾ ਲਾਉਣਾ ਚਾਹੀਦਾ ਕਬੂਤਰ ਦੇ ਸਰੀਰ 'ਤੇ ਕੋਈ ਵੀ ਜੂੰ ਮੱਖੀ ਜਿਹੜੀ ਉਹ ਨਹੀਂ ਰਹਿੰਦੀ ਜਿਹਦੇ ਨਾਲ ਕਿ ਕਬੂਤਰ ਆਰਾਮ ਨਾਲ ਉੱਡ ਸਕਦਾ ਜੀ ਬਹੁਤ ਵਧੀਆ ਚੀਜ਼ ਆ ਇਹ ਆਪਾਂ ਨੂੰ ਇਹ ਬਹੁਤ ਵਧੀਆ ਰਿਜ਼ਲਟ ਦਿੰਦਾ ਆਪਾਂ ਇਹੀ ਲਗਾਉਂਦੇ ਜੀ ਕਬੂਤਰਾਂ ਦੇ ਜਿਹੜੀ ਆਪਾਂ ਬੂਟੈਕਸ ਦਵਾਈ ਵਰਤਦੇ ਹਾਂ ਨਾ ਨਹਾਉਣ ਦੇ ਵਾਸਤੇ ਉਹ ਫੇਲ ਹੋ ਸਕਦੀ ਆ ਪਰ ਇਹ ਫੇਲ ਨਹੀਂ ਜੀ ਹੁੰਦਾ ਇਹਦਾ ਰਿਜ਼ਲਟ ਵਧੀਆ ਆ ਸਾਰਿਆਂ ਨਾਲੋਂ ਵਧੀਆ ਇਹਦਾ ਰਿਜ਼ਲਟ ਆਇਆ ਨੋਟਿਕਸ ਪਾਊਡਰ ਦਾ ਇਹ ਦੇਖੋ ਆਪਾਂ ਪਹਿਲਾਂ ਵੀ ਇੱਕ ਸ਼ੀਸ਼ੀ ਖਤਮ ਕਰਤੀ ਹੈ ਫਿਰ ਦੁਬਾਰਾ ਨਵੀਂ ਲਿਆਂਦੀ ਆ ਅਤੇ ਦਵਾਈਆਂ ਜੀ ਜਿੰਨੀਆਂ ਤੁਹਾਨੂੰ ਦੱਸ ਦਿੱਤੀਆਂ ਬਾਜੀ ਆਹ ਦੇਖੋ ਮੈਟਰੋਜੈਲ ਆਪਾਂ ਦੇ ਕੇ ਹਟੇ ਹਾਂ ਇਹ ਕਬੂਤਰਾਂ ਨੂੰ ਦੇਣੀ ਦੇਣੀ ਆਪਾਂ ਬਹੁਤ ਵਧੀਆ ਪੇਟ ਇਨਫੈਕਸ਼ਨ ਬਿਮਾਰੀ ਤੋਂ ਬਚਾ ਰਹਿੰਦਾ ਵੱਡੀ ਚੀਜ਼ ਆ ਬਿਮਾਰੀ ਤੋਂ ਵੱਡਾ ਬਚਾ ਇਹਦਾ ਆਪਾਂ ਤੁਸੀਂ ਸੋਚਦੇ ਹੋਵੋਗੇ ਮੈਂ ਡੱਬਾ ਹੀ ਪੂਰਾ ਲੈ ਗਿਆ ਦੇਖੋ ਜੀ 90 ਪੱਤੇ ਲਿਆਂਦੇ ਸੀ ਜੀ ਇਹਦੇ ਇਹ ਮੈਟਰੋਜੈਲ ਹੀ ਹੈ ਸਾਰੀਆਂ ਕਿਉਂਕਿ ਮੈਂ ਕਦੇ ਬੰਦ ਨਹੀਂ ਕਰਦਾ ਨਾ ਮੈਂ ਮੁੱਕਣ ਦਿੰਦਾ ਔਰ ਕਬੂਤਰਾਂ ਦੀ ਉਡਾਰ ਵੀ ਬਹੁਤ ਵਧੀਆ ਹੁੰਦੀ ਹੈ ਜੀ ਇਹ ਸਭ ਮੈਟਰੋਜੈਲ ਹੀ ਹੈ ਜੀ ਅਤੇ ਇੱਕ ਆਪਾਂ ਹੋਰ ਚੀਜ਼ ਨਹੀਂ ਮੁੱਕਣ ਦਿੰਦੇ ਇਹ ਦੇਖੋ ਇਹ ਜਿਹੜੀ ਹੈਗੀ ਆ ਅਲਵੈਂਡਾਜੋਲ ਜਿਹੜੀ ਮੈਂ ਤੁਹਾਨੂੰ ਦੱਸਦਾ ਹੁੰਦਾ ਇਹ ਹਫ਼ਤੇ ਦੇ ਵਿੱਚ ਤੁਸੀਂ ਪਾਣੀ ਦੇ ਵਿੱਚ ਹੁਣ ਘੋਲ ਹੀ ਲਿਆ ਕਰੋ ਜਦੋਂ ਆਪਾਂ ਅੜਾਉਂਦੇ ਹਾਂ ਨਾ ਤਾਂ ਨੁਕਸਾਨ ਕੋਈ ਨਹੀਂ ਹੈ ਜੀ
तीन लीटर पानी दे विच एक शीशी घोलनी है जी। कीड़े वगैरह कोई भी जड़ा उन्हां दे अंदर नहीं रहूगा जी। भाई जी बिल्कुल जिहड़ी जानकारी है ना सच्ची जानकारी तुहाडे नाल शेयर कर रहा मैं, कोई हवा दे विच गल छड्डन वाली नहीं है। 58 रुपए 30 पैसे इहदा प्रिंट आ, ठीक है जी, ते मेरे ख्याल नाल 35-40 रुपए दी मिल जाती है जी। बाकी मैडिकल वाले तुहानूं पता पैसे ज़्यादा ही लगाते ने, ते जिहड़े भी किसी वीर नूं भाई एक फिर दसीए कि आपां तुहानूं वीडियो थ्रू सारा कुछ कल्ली कल्ली चीज़ दस दिंदे आ भाई, फोन आपां सारे वीरां दे नहीं चक सकते, ठीक है जी। ते ग्लूकोज़ डी दी भी फोटो देख लो जी, कट्ठा लिया के रख लईदा फिर पाउंदे रहीदा जी। ये तो आप डेली पाने जी कुंडियां च घड़ियां दे विच, दो दो तीन तीन चमच छोड़ दो, ते जड़ा डीहाइड्रेशन आ कमी आती है पानी की वह कबूतरां नूं जिहड़ी आ कदे नहीं आऊगी जी। हर चीज़ जिहड़ी हैगी आ परफेक्ट जिहड़ी प्रोपर टाइम दे नाल जिहड़ी देने पैंदी आ जी। आपां हुण जी कबूतर आ तुहानूं दिखाउणा एक होर चीज़, ये देखो जी इधर आड़े जालीदार आ हवादार खुडे बनाए हुए सारे, पिछे भी देखो जी आले छड़े हुए, तो इधर दूर तक जाली आ तिना खुडिया, एक साइड तो पखा ला दते ने एक बिच होर लगावांगे, तो पूरी जी कबूतर कूलिंग होंगी रही है जी, तो पंछी जड़ा है बिल्कुल खुश रहा। गर्मी के जड़ा है अपने वाला हिसाब ही है, जिन्ना पंछी रिलैक्स रहूगा उन्ना वध उडूगा जी। जेकर पंछी रिलैक्स नहीं है तकलीफ के तो उन्हें उडना की आ, गर्मी नाल ही मत बजी होंगी आ, खुडे छोटे छोटे होंगे उन्होंने बंद कर देंगे ने कई वीर कबूतर। कबूतर जड़ा हवा हरे रखना बहुत जरूरी है जी। बाकी कबूतर का तो वीर जी तुम आप शौक कराने रहने, जिड़िया होर अपने को गल् जान दस वाली वो कर लीए, तो ये कबूतरिया ने जी जड़िया आप कल बाजी छड़निया। आ कबूतरी हाड़ी जी पहला बाजी जीती ही लाल छुट्टा वाली शाह आखी कबूतरी आ, एक घर की पट्ठी है जी, ये अपना फौजी धमूट वाले कबूतर चो कबूतर सी गोलेबाई पखोवाल तो आया ही, तो यदि माँ जी गगने बाई ने अपन दिती ही बाड़ेवाल वाले ने, वो जोड़ा अपना तो बहुत उड़ती है कैंची वांगू उड़ती है, मतलब वढ़ती जाती जिधर नूं जाती है बहुत तेज उड़ती है, सारा दिन मतलब मार दिता इन्हें, 7:45 लागे ढांगी ते चढ़ी ही जी। ये हुसैनपुर गुरु का हुशियारपुर के लागो उतों जेतू है जी। तो यह पट्ठा जिहड़ा हैगा आपां छड्डिया सी जी शीकरी सीकरी छड्डिया ही उत्थे 4:30 बह गया ही जी, तो हुण इहनूं दुबारा आपां कल छड्डना जी बाजी। तो पिछे एक जिहड़ी कबूतरी बैठी है अपने सज्जन दी अपना भरा आ काली, वो अपने कोल छड्ड के गया, तिन्ने आपां इकट्ठे ही सांभ दित्ते आ जी, तो यह हुण उड्डणगे बाजी कल नूं, तो कल नूं बाई जी आपां तुहानूं लाइव बाजी दिखावांगे, कोशिश रहूगी कि पूरा जिहड़ा रिजल्ट तुहानूं अपडेट जिहड़ी टाइम टू टाइम दिंदे रहिए जी। ये जिहड़े अपने हैगे ने कबूतर बाजी छड्डने, तो कुछ तुहानूं होर भी दस दिंदे आ जिहड़े आपां बाजी छड्डन दे लई तैयार कीते होए ने जी। ये जिहड़े हैगे ने कुछ आपां छड्डांगे जी, इहदे विच कबूतरियां ने 8-10 जी, ये जिहड़ियां ये लाल चीनी पट्ठी जी बहुत ज़्यादा उड़ती साड़ी, ये अपना कबूतर लाल चीना बाई ने कह के दिता ही आपां नूं, कहिंदा इहदे बच्चे बहुत उड़नगे लखी वीर राइए तो, बंसी राइए का भतीजा लखी बाई, उहदी पट्ठी आ कबूतर की, तो रिजल्ट इन्हें भी बहुत वधिया दिता, माँ इहदी शाह की आ कबूतर इहो जिहा सेम जिहो जी कबूतरी आ जी। जे बाहर होया तो तुहानूं शौक करा दिंदे आ, तो ये जिहड़े कबूतर ने कबूतरियां ने इस खुडे दे विच, इस खुडे दे विच इस कबूतरी का प्यो आ रिजल्ट बड़ा वधिया आया, 7-8 घंटे नॉर्मली मार जाती है जी, हले तक पहले ही पानी दिता जी इनू। ये बैठा जी लाल चीना, इस कबूतर की पट्ठी है जी, बड़ा वधिया रिजल्ट जी। बाकी ये अपना शौक है जी छोटा जहा जिहड़ा तुहाडे नाल टाइम टू टाइम आपां शेयर करते रहने जी। एक अपने नीले पूरियां का भी वधिया रिजल्ट आया जी, इन्हां दे विच बच्चे वधिया उड़े जी अपने। बाकी शौक किदां दा लगा जी दसना जरूर, ते नवी वीडियो बहुत छेती तुहाडे वास्ते लैके आवांगे, ते कल नूं जिहड़ा आपां लाइव बाजी तुहानूं टाइम टू टाइम जिहड़ी दिखांदे रहांगे, ते नवी वीडियो आउण तक लई इंतजार करो, बहुत छेती नवी वीडियो लैके आवांगे जी। तद तक लई धन्नवाद शुक्रिया मेहरबानी जी।